ਕੁਨ ਨਸ਼ੀਲੀ ਦਵਾਈ ਪਿਆਦੀ ਫਿਰ ਇਹਨਾਂ ਕਿਆ ਕਰਦਾ ਹੈ ਕੋਈ ਸਮਝ ਨਹੀਂ ਆ ਕਿ ਨਾਲ ਕਰਾਤੀ ਹੁਣ ਤੱਕ ਉਹ ਬਿਆਨ ਦਿੰਦੇ ਮੈਨੂੰ ਨਸ਼ੀਲੀ ਦਵਾਈ ਪਿਆਈ ਪਰ ਨਸ਼ੀਲੀ ਦਵਾਈ ਤੁਸੀਂ ਵੀ ਤੁਹਾਨੂੰ ਵੀ ਅਸੀਂ ਮਰ ਜੀ ਬੇਨਤੀ ਕਰਦੇ ਹਾਂ ਦੱਸੋ ਕੋਈ ਉਹਦੇ ਨਾਲ ਬੰਦਾ ਬੇਹੋਸ਼ ਹੋ ਸਕਦਾ ਹੈ ਉਹ 5 ਦਿਨ ਨੀਂਦ ਸੁੱਤੀ ਜਾ ਸਕਦੀ ਹੈ 4 ਦਿਨ ਬਾਅਦ ਉੱਠਾ ਸਕਦਾ ਪਰ ਮੌਤ ਨਹੀਂ ਹੁੰਦੀ ਨੇ ਨਾਲੀਆਂ ਲਾ ਕੇ ਬਹੁਤ ਅੰਦਰੋਂ ਜ਼ਹਿਰ ਕੱਢਿਆ ਸੀ ਉਹਨਾਂ ਦੱਸਿਆ ਕੁਛ ਨਹੀਂ ਸੀ ਉਹਨਾਂ ਦਵਦਵ ਸਾਨੂੰ ਗੱਟੀ ਕਰਕੇ ਨਿਆਰੇ ਪਹਜਾ ਤਸਿਵਲੇ ਚ ਸਾਨੂੰ ਨੂੰ ਸਾਫ਼ ਮਿਲਣਾ ਚਾਹੀਦਾ ਮੇਰੀ ਬੱਚੀ ਦਾ ਬਹੁਤ ਥੱਕਾ ਹੋਇਆ ਹੈ ਪਿੰਡ ਦੇ ਸਾਹਮਣੇ ਹੋਇ ਇਹਨਾਂ ਦੀ ਇੱਥੇ ਆ ਲੜਾਈ ਹੋਈ ਹੈ ਜਗਤਵਿੰਦਰ ਬਾਰੇ ਜਾਂ ਕੜੀ ਲੜਕੀ ਬਾਰੇ ਸਾਨੂੰ ਇਸ ਤਰ੍ਹਾਂ ਹੁਣ ਪਿੰਡ ਚ ਪਤਾ ਲੱਗਿਆ ਵੀ ਇਹਨਾਂ ਦਾ ਕੋਈ ਮਾੜਾ ਮੋਟਾ ਸੰਬੰਧ ਹੈ ਲੜਾਈ ਵੀ ਉਹਨਾਂ ਦੇ ਫੋਨ ਫਾਨ ਫੜੇ ਆ ਗਏ ਕੋਈ ਨੰਬਰ ਉਹ ਜਗਤਵਿੰਦਰ ਮੁੰਡੇ ਦਾ ਅਰੇ ਫੋਨ ਕਰਿਆ ਤੇ ਉਸਦੀ ਮਾਂ ਨੇ ਫੜਿਆ ਫੋਨ ਮਾਦਮ ਨੇ ਚੱਕਿਆ ਬਾਪ ਨੇ ਫੋਨ ਚੱਕਿਆ ਤੇ ਉਹਨੇ ਕਰ ਕਰੀ ਫਿਰ ਜਿਆਦੇ 5 ਕਿਲੋ ਮੁੰਡੇ ਨੂੰ ਮਾਰਨ ਵਾਸਤੇ ਕਰ ਗਏ ਨੇ ਘਰ ਮੋੜਾ ਨਹੀਂ ਮਿਲਿਆ ਫਿਰ ਤੇ ਰਾਗ ਦੇ ਵਿੱਚ ਕੱਕ ਪਟਣ ਦੇ ਰਸਤੇ ਦੇ ਵਿੱਚ ਘੇਰਿਆ ਉਹਨਾਂ ਨੇ ਮੁੰਡਾ ਸੀ ਇੱਕ ਅਸੀਂ ਮੌਕੇ ਤੇ ਹੀ ਫੜ ਲਿਆ ਸੀ ਜੋ ਕਿ ਕੱਕ ਲੈ ਕੇ ਆ ਰਿਹਾ ਸੀ ਅਸੀਂ ਮੌਕੇ ਤੇ ਹੀ ਦਬੋਚ ਲਿਆ ਸੀ ਜੋ ਕਿ ਪਿੰਡ ਨੇ ਰਲ ਮਿਲ ਕੇ ਛਡਾਣ ਦੀ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਮੇਰੇ ਵੀ ਸਿਰ ਦੇ ਵਿੱਚ ਗੜਾਸੀ ਲੱਗੀ ਐ ਜੀ ਉਦੋਂ ਕੋਈ ਮੈਟਰ ਨਹੀਂ ਸੀ ਇਸ ਤਰ੍ਹਾਂ ਦਾ ਵੀ ਕੋਈ ਇਹਨਾਂ ਨੇ ਰੇਪ ਕੀਤਾ ਜਾਂ ਪੁਰਾਣਾ ਕੋਈ ਉਸ ਵੇਲੇ ਤੱਕ ਕੋਈ ਸੇ ਗੱਲ ਦਾ ਪਤਾ ਨਹੀਂ ਸੀ ਪਰ ਇਹ ਚੀਜ਼ ਨੂੰ ਬਾਅਦ ਚ 2 ਘੰਟੇ ਬਾਅਦ ਇਹ ਚੀਜ਼ ਦਾ ਦਿੱਤਾ ਫੈਸਲਾ ਵੀ ਆ ਰੇਪ ਕਰਤਾ ਜੀ ਇਹਨਾਂ ਨੇ ਨਸ਼ੀਲੀ ਦਵਾਈ ਪੀਆ ਤੀ ਜਿੰਦਾਬਾਦ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮੈਂ ਅਮਨਦੀਪ ਸਿੰਘ ਗੜੀ ਸੋ ਅੱਜ ਆਪਾਂ ਸਤਾਪੁਰ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਸੋ ਮਸਲਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਪਿਛਲੇ ਦਿਨੀ ਜਿਹੜਾ ਆ ਇਸ ਪਿੰਡ ਦੇ ਵਿੱਚ ਇੱਕ ਨਵਾਲਗ ਬੱਚੀ ਦੇ ਨਾਲ ਰੇਪ ਹੋ ਜਾਂਦਾ ਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਜਾਣਾ ਇੱਕ ਰਹੱਸਮਈ ਜਿਹੜੀ ਆ ਉਹ ਚੀਜ਼ ਬਣ ਚੁੱਕੀ ਹੈ ਤੇ ਜਿਹੜਾ ਇਹ ਕੇਸ ਸਾਹਮਣੇ ਸ਼ਗਲਾਟੀ ਕੋਲ ਪਹੁੰਚ ਚੁੱਕੇ ਸੋ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਕੁਤਾਹੀਆਂ ਜਿਹੜੀਆਂ ਲਗਾਤਾਰ ਵੱਧੀਆਂ ਜਾ ਰਹੀਆਂ ਆ ਸੋ ਅੱਜ ਆਪਾਂ ਉਹਨਾਂ ਦੇ ਘਰ ਪਹੁੰਚੇ ਹੋਏ ਹਾਂ ਜਿਸ ਲੜਕੀ ਦੇ ਨਾਲ ਇਹ ਵਾਕਿਆ ਬੀਤਾ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਾਂਗੇ ਜੋ ਅਸਲ ਸੱਚਾਈ ਹੋਈ ਆ ਜੋ ਗੱਲਬਾਤ ਆ ਇਹਨਾਂ ਬਾਰੇ ਜਾਣਾਂਗੇ ਕਿਸ ਤਰ੍ਹਾਂ ਇਹ ਇਨਸੀਡੈਂਟ ਵਾਪਰਿਆ ਕਿਉਂਕਿ ਅਕਸਰ ਇਸ ਤਰ੍ਹਾਂ ਦੇ ਇਨਸੀਡੈਂਟ ਜਿਹੜੇ ਆ ਬਾਹਰਲੀਆਂ ਸਟੇਟਾਂ ਵਿੱਚ ਦੇਖਣ ਨੂੰ ਜ਼ਿਆਦਾਤਰ ਜੂਪੀ ਬਿਹਾਰ ਵਿੱਚ ਦੇਖਣ ਨੂੰ ਮਿਲਦੇ ਆ ਪਰ ਬਹੁਤ ਹੀ ਮੰਦਭ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣੀਆਂ ਜਿਹੜੀਆਂ ਕਿ ਬਹੁਤ ਹੀ ਨਿੰਦਕਾ ਤੇ ਸਮਾਜ ਉੱਤੇ ਬਹੁਤ ਬੜਾ ਇੱਕ ਜਿਹੜਾ ਸਵਾਲ ਖੜਾ ਕਰਦੀਆਂ ਸੋ ਆਜੋ ਆਪਾਂ ਇਹਨਾਂ ਦੇ ਪਰਿਵਾਰ ਨੂੰ ਮਿਲਦੇ ਆਂ ਗੱਲਬਾਤ ਕਰਦੇ ਇਹਨਾਂ ਨਾਲ ਪਤਾ ਲੱਗਿਆ ਹਨਾ ਜੋ ਤੁਹਾਡਾ ਮਸਲਾ ਹੋਇਆ ਕੀ ਮਸਲਾ ਹੋਇਆ ਸਾਰਾ ਜੀ ਇਹ ਕਿਸ ਤਰ੍ਹਾਂ ਇਸ ਤਰ੍ਹਾਂ ਵਾਕਿਆ ਬੀਤ ਗਿਆ ਜੀ ਮਸਲਾ ਇਹ ਵਿਚਾਰਾ ਲੈਣ ਗਈ ਸੀ ਉਧਰ ਮੰਮੀ ਪੱਟ ਲੈ ਕੇ ਗੁੱਡੀ ਦੀ ਪਹਿਲਾਂ ਆ ਗਈ ਸਾਰਾ ਨਾ ਬਹੁਤ ਧੱਕਾ ਹੋਇਆ ਜੀ ਇਹਨਾਂ ਨੂੰ 500 ਸਸਾ ਸਮਝ ਲਈ ਗਈ ਤੇ ਮਤਲਬ ਜਿਹੜੀ ਤੁਹਾਡੀ ਗੁੱਡੀ ਚਾਰਾ ਲੈਣ ਗਈ ਸੀ ਉਹ ਕੱਲੀ ਗਈ ਸੀ ਜਾਂ ਕਿਸੇ ਦੇ ਨਾਲ ਗਈ ਸੀ ਮੰਮੀ ਉਹਦੀ ਪਹਿਲਾਂ ਆ ਕੇ ਸੀ ਗੁੱਡੀ ਬਾਤ ਸੀ ਤੇ ਅ ਹਾਂ ਜੀ ਜਾਨੀ ਤੇ ਉਹ ਜਿਹੜਾ ਚਾਰਾ ਲੈ ਕੇ ਮੰਮੀ ਦੇ ਨਾਲ ਗਈ ਸੀਗੇ ਤੇ ਉਹ ਖੇਤ ਤੁਹਾਡੇ ਆਪਣੇ ਆ ਜਾਂ ਕਿਦਾਂ ਕਿਸੇ ਤੁਸੀਂ ਕਿਸੇ ਦੇ ਖੇਤਾਂ 'ਚੋਂ ਵੱਢ ਕੇ ਲਿਆਨੇ ਹੋ ਖੇਤ ਸਾਡੇ ਆਪਣੇ ਤੇ ਕੋਪਲਾਏ ਤੂੜੀ ਦਾ ਸੀ ਅੱਛਾ ਜੀ ਹਾਂ ਜੀ ਤੇ ਉਹ ਮੁੰਡੇ ਜਦਿਸ ਟਾਈਮ ਕੁੜੀ ਛੱਡ ਕੇ ਆਏ ਦੇਖਿਆ ਨਹੀਂ ਕਿ ਤੇ ਆਲੇ-ਦੁਆਲੇ ਮੁੰਡੇ ਕਿਸੇ ਆਸੇ-ਪਾਸੇ ਆ ਰਹੇ ਲੜਾਈ ਹੋ ਗਈ ਸੀ ਉਧਰ ਚਲੇ ਗਏ ਸੀ ਫਿਰ ਅਸੀਂ ਮਗਰਵਾ ਕੇ ਗੁੱਡੀ ਹਾਲ ਦੇਖੀ ਬਹੁਤ ਖਰਾਬ ਸੀ ਲੜਾਈ ਕਿਦੀ ਹੋ ਗਈ ਸੀ ਚੱਕ ਕੇ ਲੈ ਕੇ ਗੁੱਡੀ ਨੂੰ ਸੀ ਹਸਪਤਾਲ ਜੀ ਮਾਚੂੜੇ ਦਾ ਹਾਲ ਕਰਾਤੀ ਨਾ ਕੀ ਕੀ ਚੱਕਰ ਹੋਇਆ ਸਗਾ ਕਿ ਐਨੇ ਜਿਆਦਾ ਮਾੜੇ ਹਾਲਾਤ ਹੋ ਗਏ ਉਸ ਕੁੜੀ ਦੇ ਪਤਾ ਨਹੀਂ ਕੋਈ ਨੀਲੀ ਦਵਾਈ ਪਿਆਤੀ ਪਤਾ ਨਹੀਂ ਕਿਆ ਕਰਤਾ ਸੀ ਕੋਈ ਸਮਝ ਨਹੀਂ ਆਈ ਚਾਕੇ ਦਾਗਲ ਕਰਾਤੀ ਅੱਛਾ ਜੀ ਹਾਂਜੀ ਮਾਤਾ ਜੀ ਤੁਹਾਡੇ ਨਾਲ ਕੁੜੀ ਗਈ ਸੀ ਜੀ ਉਹ ਹਾਂਜੀ ਸਾਡੇ ਨਾਲ ਮੇਰੀ ਬੇਟੀ ਗਈ ਹੋ ਇਸੇ ਅਸੀਂ ਦੋਵੇਂ ਮਾਂ ਮਾਤਿਆ ਕੱਖ ਲੈਣ ਗਈਆਂ ਜਾਂ ਸ਼ਾਮ ਦੇ 4:30 ਵਜੇ ਨਾਲ ਮੈਂ ਇੱਕ ਪੰਡ ਲੈ ਕੇ ਆ ਗਿਆ ਆਪਣੀ ਬੇਟੀ ਨੂੰ ਮੈਂ ਮੇਸਵਰੇ ਦਿਹਾੜੀ ਜਾਣ ਤੂੰ ਇੱਥੇ ਮੇਰੇ ਆਉਂਦੀਆਂ ਕੱਖ ਵਾਢਣੇ ਨੇ ਤੇ ਮੈਂ ਆ ਰਹੀ ਤੇਰੇ ਪਿੱਛੇ ਪਿੱਛੇ ਜਦ ਮੈਂ ਕੱਖ ਸਾਟ ਕੇ ਦੁਬਾਰਾ ਕਵਾਫਸ ਜਾ ਰਹੀ ਬੇਟੀ ਮੇਰੀ ਦੀ ਬਹੁਤ ਹਾਲਤ ਬੁਰੀ ਸੀ ਕੱਪੜੇ ਉਹਦੇ ਲੀਰਾਂ ਲੱਥੇ ਹੋਏ ਸੀ ਉਹ ਬੜੀ ਨੋਛੇ ਦੇ ਵਿੱਚ ਬਹੁਤ ਤਲਫਰੀ ਤਲਫਦੀ ਨੂੰ ਅਸੀਂ ਫਿਰ ਉੱਥੇ ਪਿੱਟੇ ਰੋਏ ਅਸੀਂ ਆਪਣੇ ਘਰ ਵਾਲੇ ਨੂੰ ਸੱਦੇ ਆ ਮੌਕੇ ਤੇ ਲੈ ਆਏ ਬੇਟੀ ਨੂੰ ਕਰੇ ਲਿਆਂਦਾ ਕਰੇ ਲੈ ਜਾ ਕੇ ਅਸੀਂ ਮੋਟਰਸਾਈਕਲਾਂ ਤੇ ਸਾਨੂੰ ਕੋਈ ਸਾਧਨ ਨਾ ਮਿਲਿਆ ਸੀ ਆਪਣੀ ਬੱਚੀ ਨੂੰ ਗੋਦੀ ਚ ਪਾ ਕੇ ਹਸਪਤਾਲ ਮੱਛ ਵਾਲੇ ਚ ਲੈ ਗਏ ਸੀ ਤੇ ਫੇ ਉਹ ਡਾਕਟਰ ਕੀ ਕਹਿੰਦੇ ਉਹਨਾਂ ਨੇ ਕੋਈ ਰਿਪੋਰਟ ਵਗੈਰਾ ਕੀਤੀ ਵੀ ਕੀ ਖੁਲਾਇਆ ਇਹਨੂੰ ਕੀ ਨਹੀਂ ਖੁਲਾਇਆ ਉਹਨਾਂ ਨੇ ਨਾਲੀਆਂ ਲਾ ਕੇ ਬਹੁਤ ਅੰਦਰੂ ਜ਼ਹਿਰ ਕੱਢਿਆ ਸੀ ਉਹਨਾਂ ਨੇ ਦੱਸਿਆ ਕੁਛ ਨਹੀਂ ਸੀ ਉਹਨਾਂ ਦਵ ਦਵ ਸਾਨੂੰ ਗੱਡੀ ਕਰਕੇ ਲੁਧਿਆਣੇ ਪਹੁੰਚਾ ਦਿੱਤਾ ਸਿਵਲੇ ਚ ਤੇ ਉਹ ਮਤਲਬ ਜੋ ਵੀ ਤੁਸੀਂ ਜੋ ਕਹਿੰਦੇ ਅੰਦਰ ਉਹ ਜ਼ਹਿਰ ਕੱਢਿਆ ਉਹ ਮਤਲਬ ਕਿ ਰਿਪੋਰਟਾਂ ਵਿੱਚ ਆਇਆ ਕਿ ਉਹ ਇਸ ਤਰ੍ਹਾਂ ਦੀ ਨਸ਼ੀਲੀ ਚੀਜ਼ ਖਲਾਈ ਹੈ ਜੀ ਹਾਂ ਜੀ ਰਿਪੋਰਟਾਂ ਸਾਬ ਆਇਆ ਹੋਇਆ ਹੈ ਸਾਬ ਚੰਡੀਗੜ੍ਹ ਰਿਪੋਰਟ ਚੱਲੀ ਗਈ ਉਹਦੇ ਵਿੱਚ ਸਾਰਾ ਕੁਝ ਆਇਆ ਹੋਇਆ ਹੈ ਸਾਨੂੰ ਸਾਫ਼ ਮਿਲਣਾ ਚਾਹੀਦਾ ਮੇਰੀ ਬੱਚੀ ਦਾ ਬਹੁਤ ਤਕਾ ਹੋਇਆ ਹੈ ਅੱਗੇ ਵੀ ਇਸ ਤਰ੍ਹਾਂ ਕੋਈ ਤੁਹਾਡੇ ਲੜਕੀ ਮਗਰ ਕੋਈ ਮੁੰਡਾ ਵਗੈਰਾ ਇਸ ਤਰ੍ਹਾਂ ਕੋ ਕਰਦਾ ਹੋਵੇ ਜੀ ਐ ਨਹੀਂ ਕੋਈ ਗੱਲ ਹੀ ਕੋ ਨਹੀਂ ਮੇਰੀ ਬੇਟੀ ਸਾਫ਼ ਸੁਥਰੀ ਹੈ ਮਰਜ਼ਾ ਕਿ ਕਦੀ ਨਹੀਂ ਅਸੀਂ ਉਹਨੂੰ ਘਰੋਂ ਬਾਹਰ ਕੱਢਿਆ ਪਹਿਲੀ ਵਾਰ ਵਿੱਚ ਨਾਲ ਆਪਣੀ ਬੱਚੀ ਨੂੰ ਲੈ ਕੇ ਜਿਵੇਂ ਉਹਦੀ ਮੌਤ ਵੀ ਨਾਲ ਲਈ ਜਾਂਦੀ ਸੀ ਇਹ ਜਿਸ ਤਰ੍ਹਾਂ ਤੁਹਾਡੀ ਬੱਚੀ ਉਥੇ ਗਈ ਅੱਗੇ ਵੀ ਤੁਹਾਡੇ ਨਾਲ ਪੱਠੇ ਲੈਣ ਜਾਂਦੀ ਹਾਂ ਜੀ ਮੈਂ ਅਸੀਂ ਦੋਵੇਂ ਮਾਵਾਂ ਧੀਆ ਜਾਂਦੀਆਂ ਕਦੀ ਕਦੀ ਜੇ ਮੇਰਾ ਨਾ ਸੰਗ ਬਣ ਫਿਰ ਮੈਂ ਬੱਚੀ ਆਪਣੀ ਲੈ ਕੇ ਜਾਂਦੀ ਨਹੀਂ ਤੇ ਮੈਂ ਕੱਲੀ ਜਾਂਦੀ ਸੀ ਉਸ ਦਿਨ ਮੈਂ ਇੱਕ ਬੇਚਾਰੀ ਨਾਲ ਉਹਦੀ ਮੌਤ ਹੀ ਸਾਈਡ ਕੇ ਲੈ ਗਈ ਇਹ ਪ੍ਰਸ਼ਾਸਨ ਦੇ ਨਾਲ ਤੁਹਾਡੀ ਕੋ ਗੱਲਬਾਤ ਹੋ ਰਹੀ ਹੈ ਪ੍ਰਸ਼ਾਸਨ ਕੀ ਕਹਿੰਦਾ ਜੀ ਸਾਨੂੰ ਇਨਸਾਫ ਚਾਹੀਦਾ ਮੇਰੀ ਬੱਚੀ ਨੂੰ ਬਹੁਤ ਥੱਕਾ ਹੋ ਰਿਹਾ ਮੇਰੀ ਬੱਚੀ ਤੜਪ ਤੜਪ ਕੇ ਮਾਰੇ 17 8 ਸਾਲ ਦੀ ਮੇਰੀ ਬੱਚੀ ਸੀ ਬਹੁਤ ਸਾੜੇ ਨਾਲ ਥੱਕਾ ਕੀਤਾ ਇਹਨਾਂ ਬੱਚਿਆਂ ਮੁੰਡਿਆਂ ਦੂਆਂ ਤਿੰਨਾਂ ਨੇ ਤੇ ਕਿਤਨਾ ਕਿਤੇ ਵੀ ਲੋਕਾਂ ਦਾ ਕਹਿਣਾ ਆ ਕਿ ਕਿਤਨੇ ਕਿਤੇ ਇਲਜ਼ਾਮ ਤੁਹਾਡੇ ਪਰਿਵਾਰ ਤੇ ਵੀ ਲੱਗ ਰਹੇ ਹੈਗੇ ਕਿ ਜਿਹੜਾ ਪਰਿਵਾਰ ਦੇ ਬਲੋ ਬੱਚੀ ਨੂੰ ਜਿਹੜਾ ਕੁੱਟਿਆ ਗਿਆ ਮਾਰ ਗਿਆ ਇਹ ਗੱਲ ਸੱਚ ਆ ਜਾਂ ਝੂਠਾ ਨੀ ਕੋਈ ਨੀ ਕੋਈ ਰਿਪੋਰਟ ਚ ਮਾਰ ਕੁੱਟ ਨਹੀਂ ਆਈ ਬਸ ਇਹ ਨਸ਼ਾ ਹੀ ਉਹ ਨਾ ਪਿਆਇਆ ਮੇਰੀ ਬੱਚੀ ਦੇ ਮੂੰਹ ਦੇ ਵਿੱਚ ਟਾ ਕੇ ਸੀਸੀਆ ਪਿਆਈਆਂ ਨੇ ਉਹਨਾਂ ਮਾਰਿਆ ਕੁੱਟਿਆ ਕਿਸੇ ਨੇ ਕੋਈ ਨਹੀਂ ਘਰ ਦੇ ਵਿੱਚ ਮਾਰ ਕੋਈ ਮਾਰਦਾ ਆਪਣੀ ਫੁੱਲਾਂ ਵਰਗੀ ਬੱਚੀ ਨੂੰ ਸਾਡੇ ਤੇ ਸਾਫਰ ਅਣਜਾਬ ਲਾ ਰਹੇ ਨੇ ਝੂਠੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਭਾਈ ਵੀਰ ਤੁਸੀਂ ਬ੍ਰਦਰ ਹੋ ਇਹਨਾਂ ਦੇ ਹਾਂਜੀ ਵੀਰ ਤੁਹਾਨੂੰ ਕਦੇ ਲੱਗਿਆ ਹੋਵੇ ਤੁਹਾਡੇ ਚ ਚਲੋ ਸਾਡੇ ਵੀ ਧੀਆ ਭੈਣਾਂ ਤੁਹਾਡੇ ਵੀ ਹਨ ਚਲੋ ਭੈਣ ਸੀ ਹਨ ਆਪਣੀ ਕਦੇ ਉਹਨਾਂ ਮਗਰ ਕੋਈ ਮੁੰਡਾ ਇਸ ਤਰ੍ਹਾਂ ਗਲਤ ਨਿਗਰ ਰੱਖਿਆ ਆਂਦਾ ਹੋਵੇ ਤੁਸੀਂ ਕਦੇ ਦੇਖਿਆ ਹੋਵੇ ਨਹੀਂ ਵੀਰੇ ਅਸੀਂ ਕਦੇ ਨਹੀਂ ਕੁਝ ਵੀ ਦੇਖਿਆ ਹੈਗਾ ਸਾਡੀ ਬੱਚੀ ਸਾਫ਼ ਸੁਥਰੀ ਸੀ ਅਸੀਂ ਤਾਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਵੀਰੇ ਠੀਕ ਹੈ ਤੇ ਬਾਅਦ ਵਿੱਚ ਕਹਿੰਦੇ ਲੜਾਈ ਹੋਈ ਸੀ ਉਹਦਾ ਕੀ ਮੈਟਰ ਕੀ ਚੱਕਰ ਹੋਇਆ ਸੀ ਬਾਅਦ ਚੋਂ ਜਿਹੜਾ ਮੁੰਡਾ ਸੀ ਇੱਕ ਅਸੀਂ ਮੌਕੇ ਤੇ ਫੜ ਲਿਆ ਸੀ ਜੋ ਕਿ ਕੱਖ ਲੈ ਕੇ ਆ ਰਿਹਾ ਸੀ ਅਸੀਂ ਮੌਕੇ ਤੇ ਹੀ ਦਬੋਚ ਲਿਆ ਸੀ ਜੋ ਕਿ ਪਿੰਡ ਨੇ ਰਲ ਮਿਲ ਕੇ ਛਡਾਣ ਦੀ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਮੇਰੇ ਵੀ ਸਿਰ ਦੇ ਵਿੱਚ ਗੜਾਸੀ ਲੱਗੀ ਹੈ ਜੀ ਅੱਛਾ ਜੀ ਹਾਂ ਜੀ ਅਸੀਂ ਤਾਂ ਹੀ ਮੰਗ ਕਰਦੇ ਹਾਂ ਸਾਨੂੰ ਅਨਸਾਫ਼ ਚਾਹੀਦਾ ਜੀ ਬਸ ਤੇ ਤੁਸੀਂ ਅੰਕਲ ਜੀ ਪਿੰਡ ਵਾਸੀ ਹੋ ਜੀ ਇੱਥੇ ਅਸੀਂ ਅਸੀਂ ਪੰਜ ਪਾਈਆਂ ਇੱਥੇ ਠੀਕ ਹੈ ਜੀ ਪੰਜ ਪਾਈਆਂ ਜੀ ਪੰਜ ਪਾਈ ਇਹ ਮੇਰਾ ਵੱਡਾ ਭਾਈ ਸਾਰਿਆਂ ਨੂੰ ਅਸੀਂ ਪੰਜ ਪੰਡ ਪਾਈਆਂ ਸਾਡੇ ਨਾਲ ਨਜਾਇਜ਼ ਗਲਤੀ ਹੋ ਗਈ ਹੈ ਕੋਈ ਪੁੱਤ ਤੇਰੇ ਛੋਟੀ ਨਹੀਂ ਕਦੇ ਮਾਰੀ ਅਸੀਂ ਕਦੀ ਗਲਤ ਨਹੀਂ ਕਰਦੇ ਕੰਮ ਇਹ ਮੇਰਾ ਵੱਡਾ ਭਾਈ ਏ ਮੈਂ ਵਿਚਾਰ ਲਾ ਜਾਂ ਸਾਸੀ ਪੰਜ ਪਾਈਆਂ ਸੱਚ ਬੋਲਾਂਗੇ ਸੱਚ ਬੋਲ ਕੇ ਝੂਠ ਨਹੀਂ ਬੋਲਾਂਗੇ ਮੇਰੇ ਕੋਲ 16 12 ਗੱਡੀਆਂ ਸੀ ਦੋ ਮੇਰੇ ਪੁੱਤਰ ਮਾਰਦੇ ਤਿੰਨ ਤਿੰਨ ਲੋਕਾਂ ਨੇ ਅਸੀਂ ਸੱਚ ਬੋਲਾਂਗੇ ਕਦੀ ਉਹਨਾਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ ਝੂਠ ਨਹੀਂ ਇੱਥੋਂ ਕਿਹਨੇ ਬੋਲ ਚਾਹੀਦਾ ਤੇਰੇ ਛੋਟੇ ਨਹੀਂ ਮਾਰੀ ਕਦੇ ਪੁੱਤ ਅਸੀਂ ਕਦੀ ਵੀ ਨਸਾਫ ਹੋਣੀ ਚਾਹੀਦੀ ਇਹ ਬਹੁਤ ਜ਼ੁਲਮ ਹੋਇਆ ਸਾਡੇ ਨਾਲ ਹਾਂ ਜ਼ੁਲਮ ਬਹੁਤ ਹੋ ਗਿਆ ਬੋਲ ਬੋਲ ਇਹ ਅੰਕਲ ਕੀ ਲੱਗਦਾ ਕਿ ਮਤਲਬ ਜਿਹੜੇ ਮੁੰਡਿਆਂ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਕਾਰਾ ਕੀਤਾ ਨਾ ਤੁਹਾਡੀ ਬੇਟੀ ਦੇ ਨਾਲ ਉਹਨਾਂ ਪਰ ਅੱਗੇ ਵੀ ਕੋਈ ਕੇਸ ਕੁਝ ਚੱਲਦਾ ਜਾ ਕਿਦਾਂ ਜੀ ਅੱਗੇ ਚੱਲਦਾ ਸੀ ਇੱਕ ਇਹਨਾਂ ਨਾਲ ਚੱਲਦਾ ਸੀ ਜੇਲ੍ਹ ਚ ਗਏ ਰਹੇ ਨਹੀਂ ਉਹ ਬੰਦਿਆਂ ਨਾਲ ਤੇ ਜੇਲ੍ਹ ਚ ਕੱਟ ਕੇ ਆਏ ਨਹੀਂ ਤੇ ਭਾਜੀ ਜਿਹੜੀ ਰਿਪੋਰਟ ਹੈ ਸਗੀ ਰੇਪ ਦੀ ਜਿਹੜੀ ਰਿਪੋਰਟ ਹੁੰਦੀ ਆ ਉਹ ਰਿਪੋਰਟ ਆ ਗਈ ਤੁਹਾਨੂੰ ਤੁਹਾਡੇ ਕੋਲ ਮਿਲ ਗਈ ਹੈ ਕਿ ਸਾਡੇ ਕੋਲ ਨਹੀਂ ਮਿਲੀ ਜਹਲੇ ਉੱਥੇ ਹੀ ਹਸਪਤਾਲੀ ਪਈ ਹੈ ਜੀ ਨੇ ਉਹ ਪੋਜ਼ਿਟਿਵ ਸੀ ਰਿਪੋਰਟ ਜਾਂ ਨੈਗੇਟਿਵ ਸੀ ਹਾਲੇ ਐਨਾ ਪਤਾ ਨਹੀਂ ਲੱਗਿਆ ਜੀ ਸਾਨੂੰ ਵੀ ਮਤਲਬ ਇਹ ਕਨਫਰਮ ਨਹੀਂ ਹੈਗਾ ਕਿ ਰੇਪ ਹੋਇਆ ਜਾਂ ਨਹੀਂ ਹੋਇਆ ਹਾਂਜੀ ਗਲਤ ਕਰ ਹੋਇਆ ਇਹ ਇਹ ਰਿਪੋਰਟ ਦੇ ਵਿੱਚ ਕਨਫਰਮ ਹੋ ਗਿਆ ਜਾਂ ਨਹੀਂ ਹੋਇਆ ਹੋ ਗਿਆ ਹੀ ਹੋ ਗਿਆ ਮਰਦ ਕਤਲ ਦਾ ਕੇਸ ਸੋ ਇਹ ਰਿਪੋਰਟ ਆ ਗਈ ਹੈ ਪੋਜ਼ਿਟਿਵ ਰਿਪੋਰਟ ਆਈ ਹੈ ਸੋ ਪਿੰਡ ਵਾਸੀਆਂ ਨੂੰ ਵੀ ਮਿਲਣਾ ਹੈ ਇੱਕ ਪਾਸੇ ਕੁੜੀ ਦਾ ਪਰਿਵਾਰ ਕਹਿ ਰਿਹਾ ਕਿ ਉਹਨਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਬੇਟੀ ਦੇ ਨਾਲ ਰੇਪ ਹੋਇਆ ਤੇ ਬਾਅਦ ਵਿੱਚ ਕਤਲ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਜੋ ਮੁਲਜ਼ਮ ਹਨ ਉਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਆ ਪਰ ਇੱਕ ਪੱਖ ਹੋਰ ਦੇਖਣ ਨੂੰ ਮਿਲਿਆ ਪਿੰਡ ਵਾਲਿਆਂ ਦਾ ਜੋ ਪਿੰਡ ਵਾਲੇ ਜੋ ਬਿਲਕੁਲ ਇਹਨਾਂ ਪਰਿਵਾਰ ਦੇ ਖਿਲਾਫ ਖੜੇ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਸੋ ਸਾਡੇ ਨਾਲ ਸਾਬਕਾ ਪੰਚ ਜੀ ਜੁੜੇ ਹੋਏ ਨੇ ਸ਼ਤਾਪੁਰ ਦੇ ਸੋ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲੱਗਦਾ ਜੀ ਕੀ ਮੈਟਰ ਹੋਇਆ ਜੀ ਜਿਹੜਾ ਇੰਨਾ ਬੜਾ ਮਤਲਬ ਕਿ ਆ ਬਣ ਗਿਆ ਜੀ ਜੋ ਪਿੰਡ ਦੇ ਸਾਹਮਣੇ ਹੋਇਆ ਇਹਨਾਂ ਦੀ ਇੱਥੇ ਆ ਲੜਾਈ ਹੋਈ ਹੈ ਉਹ ਪਰਿਵਾਰ ਦੀ ਜਿਹੜਾ ਜਦਵਿੰਦਰ ਹੈ ਤੇ ਉਹਦੇ ਡੈਡੀ ਦੀ ਇਹਦੇ ਤਾਏ ਚਾਚੇ ਦਾ ਮੁੰਡਾ ਹੈ ਜਿਹੜਾ ਗੁਰਿੰਦਰ ਸਿੰਘ ਹੈ ਇਹਨੇ ਸਿਰਫ ਛੜਾਏ ਤੇ ਕਾਫੀ ਘੱਟ ਸੀ ਲੋਕਾਂ ਦਾ ਜਿਹੜੇ ਉਹ ਲੜੇ ਨੇ ਉਦੋਂ ਕੋਈ ਮੈਟਰ ਨਹੀਂ ਸੀ ਇਸ ਤਰ੍ਹਾਂ ਦਾ ਵੀ ਕੋਈ ਇਹਨਾਂ ਨੇ ਰੇਵ ਕੀਤਾ ਜਾਂ ਫਲਾਣਾ ਕੋਈ ਉਸ ਵੇਲੇ ਤਾਂ ਕੋਈ ਸੇ ਗੱਲ ਦਾ ਪਤਾ ਨਹੀਂ ਸੀ ਪਰ ਇਹ ਜੀ ਨੂੰ ਬਾਅਦ ਚ 2 ਘੰਟੇ ਬਾਅਦ ਇਹ ਚੀਜ਼ਾਂ ਦਿੱਤਾ ਫੈਸਲਾ ਵੀ ਆ ਰੇਵ ਕਰਤਾ ਜੀ ਇਹਨਾਂ ਨੇ ਨਸ਼ੀਲੀ ਦਵਾਈ ਪਿਆਤੀ ਹੁਣ ਤੱਕ ਉਹ ਬਿਆਨ ਦਿੰਦੇ ਪੈ ਨੇ ਨਸ਼ੀਲੀ ਦਵਾਈ ਪਿਆਈ ਪਰ ਨਸ਼ੀਲੀ ਦਵਾਈ ਤੁਸੀਂ ਵੀ ਤੁਹਾਨੂੰ ਵੀ ਅਸੀਂ ਮਰ ਜੀ ਬੇਨਤੀ ਕਰਦੇ ਹਾਂ ਦੱਸੋ ਕੋਈ ਉਹਦਾਂ ਬੰਦਾ ਬਿਹੋਸ਼ ਹੋ ਸਕਦਾ ਹੈ ਉਹ 5 ਦਿਨ ਨੀਂਦ ਸੁੱਤੀ ਜਾ ਸਕਦੀ ਹੈ 4 ਦਿਨ ਬਾਅਦ ਉੱਠ ਆ ਸਕਦਾ ਪਰ ਮੌਤ ਨਹੀਂ ਹੁੰਦੀ ਜ਼ਹਿਰੀਲੀ ਦਵਾਈ ਦਿੱਤੀ ਗਈ ਇਹਨਾਂ ਵੱਲੋਂ ਜਾਂ ਕਿਹਨੇ ਦਿੱਤੀ ਹੈ ਉਹਦੀ ਸ਼ਾਨਵੀਨ ਪ੍ਰਸ਼ਾਸਨ ਕਰੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਨੂੰ ਬੇਨਤੀ ਹੈ ਸਾਡੇ ਵੱਲੋਂ ਡੀਐਸਪੀ ਸਾਹਿਬ ਨੇ ਸਾਡੇ ਬਹੁਤ ਸਿਆਣੇ ਨੇ ਮੱਛੂਵੜਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਅਸੀਂ ਸੌ ਮਾਰੇ ਪਰਿਵਾਰ ਵੱਲੋਂ ਪਿੰਡ ਵੱਲੋਂ ਅਸੀਂ ਦਰਖਾਸਤ ਲਾਣੀ ਇਹਦੀ ਸ਼ੁਰੂਆਤ ਕਿੱਦਾਂ ਹੋਈ ਗੁਰਦੁਆਰੇ ਵਿੱਚ ਕੋਈ ਮੁੰਡਾ ਕੁੜੀ ਇਕੱਠੇ ਹੋਏ ਸੀ ਜਾਂ ਫੜੇ ਜਾਂ ਕਿਸ ਤਰ੍ਹਾਂ ਨਹੀਂ 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 ਕੋਈ ਫੜਿਆ ਗਿਆ ਨਹੀਂ ਜੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਠੀਕ ਹੈ ਜਾਦਵਿੰਦਰ ਬਾਰੇ ਜਾਂ ਲੜਕੀ ਬਾਰੇ ਸਾਨੂੰ ਇਸ ਤਰ੍ਹਾਂ ਹੁਣ ਪਿੰਡ 'ਚ ਪਤਾ ਲੱਗਿਆ ਵੀ ਇਹਨਾਂ ਦਾ ਕੋਈ ਮਾੜਾ ਮੋਟਾ ਸਬੰਧ ਹੈ ਪਰ ਇਹ ਜਿਹੜਾ ਲੜਕਾ ਹੈਗਾ ਗੁਰਿੰਦਰ ਸਿੰਘ ਜਾਂ ਉਹ ਛੋਟਾ ਬੱਚਾ 13 ਸਾਲ ਦਾ ਇਹਨਾਂ ਨੂੰ ਤਾਂ ਲੜਾਈ ਕਰਕੇ ਫਸਾਇਆ ਜਿਹੜੇ ਨੇ ਛੜ ਤੇ ਉਹ ਚਾਚੇ ਦਾਇਦੇ ਹੋਣ ਕਰਕੇ ਬੱਚੇ ਨੂੰ ਵਸਾਇਆ ਗਿਆ ਜਿਹੜਾ ਲੜਾਈ ਕਿਉਂ ਹੋਈ ਸੀ ਲੜਾਈ ਕਿਉਂ ਹੋ ਰਹੀ ਸੀ ਲੜਾਈ ਵੀ ਉਹਨਾਂ ਦੇ ਫੋਨ ਫੜੇ ਆ ਗਿਆ ਕੋਈ ਨੰਬਰ ਉਹ ਆਜਤਵਿੰਦਰ ਮੁੰਡੇ ਦਾ ਅੱਛਾ ਵੀ ਸਾਡੀ ਲੜਕੀ ਨੂੰ ਕਰਦਾ ਜੀ ਫੋਨ ਤੇ ਫਿਰ ਉਹ ਜਿਹੜਾ ਫੋਨ ਫੜਿਆ ਫਿਰ ਉਹਨਾਂ ਦੇ ਘਰੇ ਚੱਲ ਗਿਆ ਮੁੰਡੇ ਨੂੰ ਤੇ ਬੇਤੂ ਮੈਂ ਸਾਡੀ ਕੁੜੀ ਨੂੰ ਫੋਨ ਕਰਦਾ ਹਾਂ 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 ਇਸ ਤਰ੍ਹਾਂ ਰਸਤੇ 'ਚ ਫੜਿਆ ਮੁੰਡੇ ਨੂੰ ਇੱਥੇ ਮੁੰਡੇ ਨੂੰ ਵੀ ਕੁੱਟਿਆ ਉਹਨੂੰ ਜਿਹੜਾ ਆਜਤਵਿੰਦਰ ਉਹਨੂੰ ਕੁੱਟਿਆ ਵੀ ਹੈ ਅੱਛਾ ਜੀ ਹਾਂ ਜੀ ਉਹ ਸਾਡੇ ਗੁਰਦੁਆਰਾ ਸਾਹਿਬ ਦਾ ਕੈਮਰਾ ਲੱਗਾ ਸੀ ਪਰ ਉਹਨੇ ਪੂਰਾ ਕਲੀਅਰ ਨਹੀਂ ਦਿਖਾਇਆ ਉਹਦੇ ਵਿੱਚ ਵੀ ਮੈਨੂੰ ਲੱਗਦਾ ਕੁਛ ਨਾ ਕੁਛ ਤਾਂ ਰਿਕਾਰਡ ਹੋਇਆ ਹੋਵੇਗਾ ਉਹ ਉਹ ਮਤਲਬ ਕਿੰਨੇ ਸਮੇਂ ਦੀ ਘਟਨਾ ਆ ਉਹ ਕਹਿੰਦੇ ਘਰੇ 4:30 4:30 ਵਜੇ ਇਸ ਤਰ੍ਹਾਂ ਇਨਸੀਡੈਂਟ ਵਾਪਰਿਆ ਕੁੜੀ ਦੇ ਨਾਲ ਰੇਪ ਰੇਪ ਕਰਨ ਦੀ ਕੋਸ਼ਿਸ਼ ਇੰਨੀ ਤਰੀਕ ਨੂੰ ਜੀ 17 ਤਰੀਕ ਐਤਵਾਰ ਸ਼ਾਮ ਦੀ ਗੱਲ ਕਰ ਰਹੇ ਹਾਂ ਜੀ ਤੇ ਫਿਰ ਲੜਾਈ ਤਾਂ ਦੂਜੇ ਦਿਨ ਕਰੀ ਮੈਨੂੰ ਲੱਗਦਾ ਹੁਣ ਉਸ ਦਿਨ ਦੂਸਰੇ ਦਿਨ ਹੀ ਹੋਦੀ ਨੇ ਇੱਥੇ ਉਹ ਤਾਂ ਨਹੀਂ ਹੋਈ ਹੈ 17 ਤਰੀਕ ਨੂੰ 17 ਤਰੀਕ ਨੂੰ ਕੱਖ ਲੈਣ ਗਏ ਇਸ ਘਰਾਂ ਵਾਲੇ ਦਿਨ ਜੀ ਆਪਣਾ ਬਾਪ ਉਹਨਾਂ ਦਾ ਤੇ ਉਹ ਕੱਖ ਲੈਣ ਗਏ ਉਸ ਕੱਖ ਬੰਦਿਆ ਨੇ ਕਿਤੇ ਫੋਨ ਫੋਨ ਕਰਿਆ ਫੇ ਕਰੇ ਕਰੇ ਫੋਨ ਕਰਿਆ ਉਹ ਮਾਦਮ ਨੇ ਜਿਹਨੇ ਚੱਕਿਆ ਮਾ ਉਹਨੇ ਫੋਨ ਚੱਕਿਆ ਤੇ ਉਹਨੇ ਗੱਲ ਕਰੀ ਫਿਰ ਜਿਆਦੇ ਪੱਜ ਗੇ ਮੁੰਡੇ ਨੂੰ ਮਾਰਨ ਵਾਸਤੇ ਉਹਨੇ ਕਰ ਗਏ ਨੇ ਘਰ ਮੋੜਾ ਨਹੀਂ ਮਿਲਿਆ ਫਿਰ ਤੇ ਰਗਨੇ ਵਿੱਚ ਕੱਖ ਬਟਣ ਦੇ ਰਸਤੇ ਦੇ ਵਿੱਚ ਘੇਰਿਆ ਉਹਨਾਂ ਨੇ ਅੱਛਾ ਤੁਹਾਡਾ ਮੁੰਡਾ ਕੱਖ ਵੱਢਣ ਗਿਆ ਹੋਇਆ ਸੀ ਨਹੀਂ ਨਹੀਂ ਤੇਜਾ ਸੀ ਮੇਰਾ ਜੀ ਸਾਡਾ ਮੁੰਡਾ ਦਾ ਅੰਟੇਜ ਮੇਰਾ ਮੁੰਡਾ ਛਡਾਨ ਗਿਆ ਸੀ ਮੇਰਾ ਮੁੰਡਾ ਛਡਾਨ ਗਿਆ ਸੀ ਉਹ ਛਡਾਨ ਗਿਆ ਨਜਾਇਜ਼ ਪਸਾਇਆ ਗਿਆ ਵਿੱਚ ਅੱਛਾ ਜੀ ਮੇਰੇ ਦਾ ਮਟਨਾ ਰੋਲੇ ਨਾਲ ਨਾਲ ਬਾਹਰ ਖੇਤ ਦਾ ਉਹਦਾ ਰੋਲੇ ਦੇ ਕਰਕੇ ਗੁਰਜੰਟ ਦਾ ਹੈਗੀ ਜਗ੍ਹਾ ਹਾਂ ਨਾਲ ਅੱਗੇ ਵੀ ਤੁਸੀਂ ਵੀ ਸਾਫ ਕਾ ਪੰਜ ਰਹੇ ਹੋ ਪਿੰਡ ਵਿੱਚ ਰਹਿੰਦੇ ਹੋ ਤੇ ਅੱਗੇ ਉਹਨਾਂ ਦੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਪਿੰਡ ਦੇ ਵਿੱਚ ਜਿਹੜਾ ਹੈਗਾ ਨਹੀਂ ਜੀ ਵਧੀਆ ਪਿਆਰ ਪ੍ਰੇਮ ਸਭ ਤੋਂ ਪਹਿਲਾਂ ਸਾਰੇ ਪਿੰਡ ਨਾਲ ਸਾਡਾ ਇਹਨਾਂ ਦਾ ਉਹਨਾਂ ਦਾ ਵਧੀਆ ਨਹੀਂ ਧੀ ਦਾ ਦੁੱਖ ਜ਼ਰੂਰ ਹੈ ਪਰ ਇਹ ਇਹਨਾਂ ਵੀ ਧੀ ਇਹਦਾ ਅਸੀਂ ਨਾ ਦੂਜਿਆਂ ਦਾ ਦੂਹਾਂ ਦਾ ਲਿਖਾ ਕੇ ਪਛਾਦਈਏ ਜੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਦੀ ਧੀ ਆ ਉਹਨਾਂ ਨੇ ਹੀ ਉਹ ਮੁੰਡਿਆਂ ਦੇ ਤਿੰਨਾਂ ਦੇ ਨਾਮ ਲਏ ਨਹੀਂ ਜੀ ਧੀ ਨੇ ਨਹੀਂ ਲਿਆ ਕੋਈ ਨਾਮ ਉਹ ਤਾਂ ਪੁਲਿਸ ਸਾਨੂੰ ਜਨਤਕ ਕਰੇਗੀ ਨਾ ਕੋਈ ਰਿਪੋਰਟ ਇਹ ਆ ਬਿਆਨ ਹੈ ਲੜਕੀ ਦਾ ਜਾਂ ਡਾਕਟਰੀ ਰਿਪੋਰਟ ਹੈ ਜਾਂ ਲੜਕੀ ਨਾਲ ਤੱਕਾ ਹੋਇਆ ਹੈ ਜੇ ਲੜਕੀ ਨਾਲ ਵਕੈਦਾ ਤੱਕਾ ਹੋਇਆ ਹੈ ਰਿਪੋਰਟ ਡਾਕਟਰ ਮੈਡੀਕਲ ਰਿਪੋਰਟ ਦਿੰਦੇ ਨੇ ਅਸੀਂ ਉਹਨਾਂ ਦੇ ਹੱਕ ਚ ਹੋਵਾਂਗੇ ਪਰ ਸਾਨੂੰ ਇਹ ਪਤਾ ਵੀ ਨਹੀਂ ਜਾਇਦਾ ਇਹ ਗੱਲ ਤੇ ਫਿਰ ਜੇ ਰਿਪੋਰਟ ਆਉਂਦੀ ਵੀ ਹੈ ਬਰ ਖਲਾਫ ਪਰ ਉਹ ਲੜਕੇ ਦੀ ਆਏਗੀ ਇਹ ਬੱਚੇ ਦਾ ਦੋਸ਼ ਨਹੀਂ ਹੈ ਕੋਈ ਵੀ ਤੇ ਫਿਰ ਜੇ ਆ ਰਿਪੋਰਟ ਬਰਖਿਲਾਫ ਆਈ ਤਾਂ ਮੇਰੇ ਹਿਸਾਬ ਨਾਲ ਤਾਂ ਹੀ ਉਹਨਾਂ ਨੂੰ ਚਾੱਕ ਕੇ ਜੇਲ੍ਹ ਦੇ ਵਿੱਚ ਜੇ ਜੇਲ੍ਹ 'ਚ ਜਿਹੜੇ ਬੱਚੇ ਗਏ ਆ ਜੇ ਉਹ ਮਤਲਬ ਖਿਲਾਫ ਰਿਪੋਰਟ ਸੀ ਤਾਂ ਹੀ ਭੇਜੇ ਹੋਣੇ ਇਹਦਾ ਮਤਲਬ ਹੈ ਪ੍ਰਸ਼ਾਸਨ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਕਮੀ ਹੈ ਜੀ ਜੀ ਮੈਡੀਕਲ ਰਿਪੋਰਟ ਤੋਂ ਪਹਿਲਾਂ ਹੀ ਚੱਕ ਲੈਨੇ ਮੁਰਦਾ ਇਕੋ ਜੀ ਜਿਹੜਾ ਰੇਪ ਵੀਰ ਜਿਹੜਾ ਜਿੱਤ ਤੱਕ ਮੈਨੂੰ ਜਾਣਕਾਰੀ ਹੈ ਬਾਕੀ ਤੁਸੀਂ ਸਿਆਣੇ ਜੀ ਆਪਣੇ ਤੋਂ ਜਦੋਂ ਰੇਪ ਅਟੈਂਪਟ ਵੀ ਹੋ ਜਾਂਦਾ ਉਹਦੀ 376 ਲੱਗਦੀ ਹੈ ਤੇ ਉਹਦੇ ਵਿੱਚ ਵੀ ਜਿਹੜਾ ਜਿਹੜਾ ਹੁੰਦਾ ਆ ਮੁੱਲਜਮ ਹੁੰਦਾ ਉਹਨੂੰ ਚੱਕ ਕੇ ਜੇਲ੍ਹ ਅੰਦਰ ਸੈਟਲਤਾ ਜਾਂਦਾ ਚਾਹੇ ਉਹ ਨਿਵਾਲਗ ਹੋਵੇ ਇਨਸਾਫ ਦੇਣਾ ਤਾਂ ਫਰਜ਼ ਨਹੀਂ ਜੀ ਫੇਰ ਬਿਲਕੁਲ ਦੇਣਾ ਫਰਜ਼ ਹੈ ਜਿਆਨਾਂ ਦੇ ਆਧਾਰ ਤੇ ਮੰਨ ਲਓ ਕਿਸੇ ਨੂੰ ਆਪਾਂ ਚੱਕ ਲਿਆ ਉੱਤੇ ਦੋਸ਼ ਲਾਤਾ ਦੋਸ਼ ਲਾਣ ਨਾਲ ਦੋਸ਼ ਸਾਬਤ ਨਹੀਂ ਨਾ ਜੀ ਹੁੰਦਾ ਤੇ ਫਿਰ ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਕਿ ਪ੍ਰਸ਼ਾਸਨ ਦੀ ਜਿਹੜੀ ਆ ਕਾਲੀ ਹੈ ਇਹਦੇ ਵਿੱਚ ਜੀ ਨਹੀਂ ਜੀ ਕਾਲੀ ਕੀਤੀ ਅਸੀਂ ਕੋਈ ਨਹੀਂ ਉਹਨਾਂ ਨੇ ਜੋ ਉਹਨਾਂ ਦਾ ਮੈਟਰ ਬਣਦਾ ਸੀ ਉਹਨਾਂ ਕਰ ਲਿਆ ਪਰ ਅਸੀਂ ਹੁਣ ਇਨਕੁਆਰੀ ਲਵਾਵਾਂਗੇ ਅਸੀਂ ਇਨਸਾਫ ਦੀ ਮੰਗ ਜ਼ਰੂਰ ਕਰਾਂਗੇ ਵੀ ਬੱਚਿਆਂ ਦਾ ਜਿਨ੍ਹਾਂ ਦਾ ਦੋ ਜਣਿਆਂ ਦਾ ਨਜਾਇਜ਼ ਨਾਮ ਪਾਇਆ ਗਿਆ ਉਹ ਕੱਢਿਆ ਜਾਵੇ ਤੇ ਕੀ ਲੱਗਦਾ ਕਿ ਹੁਣ ਜਿਹੜਾ ਸੰਘਰਸ਼ ਕਰੂਗੇ ਭਾਜੀ ਅਗਰ ਪ੍ਰਸ਼ਾ ਅਸੀਂ ਪਿੰਡਾਂ 'ਲ ਮੜ ਜਾ ਮਾਰ ਦੋ ਜੀ ਕੈਮਰਾ ਸਾਰੇ ਨਾਲ ਕਮਾ ਦੋ ਇਹ ਕੈਮਰਾਮੈਨ ਨੂੰ ਕਹੂੰਗਾ ਕਿ ਦੇਖ ਸਕਦੇ ਹੋ तकरीबन 1.5 200 ਜਿਹੜੇ ਇੱਥੇ ਪਹੁੰਚੇ ਬੀਬੀਆਂ ਮਾਵਾ ਭੈਣਾਂ ਇੱਥੇ ਆਪਣੇ ਵੀਰ ਇੱਥੇ ਸਾਰੇ ਪਹੁੰਚੇ ਹੋਏ ਆ ਸਾਰੇ ਦਿਖਾ ਦਿਓ ਸੋ ਇਹ ਮੁੰਡੇ ਵਾਲਿਆਂ ਦਾ ਪੱਖ ਲੈ ਰਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਕੁੜੀ ਵਾਲਿਆਂ ਦਾ ਕਹਿਣਾ ਕਿ ਉਹ ਬਿਲਕੁਲ ਜਿਹੜਾ ਗਲਤ ਹੈਗਾ ਆ ਤੇ ਫਿਰ ਕੀ ਲੱਗਦਾ ਕਿ ਕੁੜੀ ਇਸ ਤਰ੍ਹਾਂ ਡੈਥ ਹੋ ਜਾਣਾ ਨਸ਼ੀਲੀ ਹੋਈ ਖੜਾਣਾ ਇਹਦੇ ਪਿੱਛੇ ਹੋਰ ਕੋਈ ਰਾਜ ਹੈ ਜੀ ਕੀ ਕਰ ਰਾਜ ਨਿਕਲ ਆਉਣਾ ਜੀ ਪੁਲਿਸ ਨੇ ਆਪੇ ਰਾਜ ਕੱਢ ਲੈਣਾ ਜਦੋਂ ਇਹਨਾਂ ਕਵਾਰੀ ਚੱਲਣੀ ਆ ਜੀ ਸਾਨੂੰ ਸਤਿਕਾਰ ਕਰਦੇ ਆ ਤਾਂ ਪਤਾ ਲੱਗੇ ਮੈਡਮ ਮਨੀਸ਼ਾ ਗਲਾਟੀ ਜੀ ਜਿਹੜੇ ਨੇ ਮਹਿਲਾ ਚੇਅਰ ਪਰਸਨ ਨੂੰ ਉਹਨਾਂ ਕੋਲ ਕੇਸ ਗਿਆ ਅਸੀਂ ਉਹਨਾਂ ਤੋਂ ਮੰਗ ਰੱਖਾਂਗੇ ਨਿਆਂਸਾਫ ਦੀ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢ ਦੇਣਾ ਜੇ ਉਹ ਬੱਚੇ ਦਾ ਕਸੂਰ ਹੋਏਗਾ ਸਾਰਾ ਪਿੰਡ ਉਹਦੇ ਬਰਖਲਾਫ ਹੋਏਗਾ ਤੀਬ ਵਾਲਿਆਂ ਵੱਲੋਂ ਵੀ ਸਾਨੂੰ ਦੁੱਖ ਹੈ ਉਹ ਤੀਦਾ ਵੀ ਜੇ ਉਹ ਬੱਚੇ ਨੇ ਕੋਈ ਕੌਕਰਮ ਕਰਿਆ ਹੋਏਗਾ ਤਾਂ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਪਰ ਇਹ ਬੱਚੇ ਦਾ ਦੋਸ਼ ਨਹੀਂ ਹੈ ਕੋਈ ਵੀ ਜਾਂ ਉਹ ਛੋਟੇ ਬੱਚੇ ਦਾ ਕਸੂਰ ਨਹੀਂ ਹੈ ਦੋ ਜਣੇ ਨਜਾਇਜ਼ ਵਸਾਏ ਨੇ ਅਸੀਂ ਉਹ ਮੰਗ ਕਰਾਂਗੇ ਉਹਦਾ ਨਾਂ ਕੱਢਿਆ ਜਾਵੇ ਜੇ ਬੱਚਾ ਕਸੂਰ ਹੋਵੇ ਫੋੜੀ ਮਾਰੋ ਸਾਹਮਣੇ ਅੰਡ ਜੀ ਤੁਸੀਂ ਆਇਆ ਜੀ ਮੜਿਆ ਮਾਤਾ ਜੀ ਤੁਹਾਨੂੰ ਕੀ ਲੱਗਦਾ ਜੀ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਉਹਨਾਂ ਦੀ ਜਿਹੜੀ ਕੁੜੀ ਦੀ ਮਦਰ ਆ ਉਹਨਾਂ ਦੇ ਨਾਲ ਵੀ ਤੁਸੀਂ ਤੁਹਾਡਾ ਆਣਾ ਜਾਣਾ ਬੋਲਚਾਲ ਹੋਣੀ ਕੁੜੀ ਦੇ ਨਾਲ ਵੀ ਬੋਲਚਾਲ ਹੋਣੀ ਕਿਸ ਤਰ੍ਹਾਂ ਦਾ ਕਰੈਕਟਰ ਤੁਹਾਨੂੰ ਕੀ ਲੱਗਦਾ ਜ ਕਰੈਕਟਰ ਉਹਨਾਂ ਦਾ ਪਹਿਲਾ ਠੀਕ ਸੀ ਜੀ ਜਦ ਗੱਲਾਂ ਲਕੋਈਆਂ ਜਾਣ ਨਾ ਮਾਪੇ ਤੂੰ ਫੇਰ ਉਹ ਗਲਤ ਹੋਂਦੀਆਂ ਨੇ ਠੀਕ ਉਹਨੇ ਆਖਿਆ ਸਾਡੇ ਮੁੰਡੇ ਦਾ ਭਾਈ ਫੋਨ ਆਇਆ ਫੋਨ ਫਾੜ ਲਿਆ ਚਾਰ ਬੰਦੇ ਇਕੱਠੇ ਕਰਦੇ ਅਸੀਂ ਮਾਰਦੇ ਮੁੰਡੇ ਦੇ ਜੁੱਤੀਆਂ ਤੇ ਕੁੜੀ ਦੇ ਵੀ ਮਾਰਦੇ ਤੇ ਮੁੰਡੇ ਦੇ ਉਹ ਆਪਣੀ ਕੁੜੀ ਨਹੀਂ ਡਕਦੇ ਅਸੀਂ ਆਪਣੇ ਮੁੰਡੇ ਨੂੰ ਡਕਦੇ ਨਜਾਇਜ਼ ਇਹਨਾਂ ਦਵਾਈ ਦੇ ਕੇ ਆਪਣੀ ਧੀ ਨੂੰ ਅਸੀਂ ਸਾਹਮਣੇ ਖੜੇ ਵੇਖਨੇ ਪਏ ਮੇਰਾ ਆਦਮੀ ਹੈ ਨਾਲ ਛਡਾਂਦਾ ਰਿਹਾ ਜਨਾਨੀ ਇਹਨੇ ਨਹੀਂ ਕੁੜੀ ਨਹੀਂ ਛੱਡੀਆ ਬੜਾ ਫੜਿਆ ਇਹਨਾਂ ਚੱਕ ਚੱਕ ਕੇ ਕੰਧ ਦੇ ਨਾਲ ਮਾਰੀ ਅਸੀਂ ਸਾਹਮਣੇ ਵੇ ਦੇ ਕੁੜੀ ਕੁੜੀ ਨੂੰ ਪਰਿਵਾਰ ਵਾਲਿਆਂ ਨੇ ਕੁੱਟਿਆ ਤੁਸੀਂ ਦੇਖਿਆ ਖੁਦ ਅੰਕਲ ਜੀ ਪਰਿਵਾਰ ਵਾਲਿਆਂ ਨੇ ਪਰਿਵਾਰ ਵਾਲਿਆਂ ਨੇ ਕੁੱਟਿਆ ਮੈਂ ਵਿੱਚ ਸੀ ਮੈਂ ਇਸ ਕੁੜੀ ਦੀ ਮਾਂ ਨੂੰ ਕਈ ਵਾਰੀ ਫੜਿਆ ਤਿੰਨ ਚਾਰ ਵਾਰੀ ਮੈਂ ਬਾਅਦ ਫਤੂ ਪੜ ਕੇ ਘੜੀ ਸਿਆ ਉਹਨੂੰ ਕਿੱਥੇ ਕੁੱਟਿਆ ਮਤਲਬ ਬਾਹਰ ਜਾ ਆਪਣੇ ਘਰ ਦੇ ਵਿੱਚ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਤੇ ਤੁਸੀਂ ਉਸ ਟਾਈਮ ਉਹਦੀ ਵੀਡੀਓ ਬਣਾਣ ਦੀ ਜਾਂ ਫਿਰ ਆਲੇ ਦੋਲੇ ਪਿੰਡ ਵਾਲਿਆਂ ਦੱਸ ਗੱਲ ਨਹੀਂ ਸੁਜੀ ਨਾ ਸਾਡੇ ਕੋਲ ਫੋਨ ਇਹੋ ਜਿਹਾ ਕੋਈ ਫੋਨ ਆ ਹਾਂ ਜੀ ਤਾਂ ਉਹਨੂੰ ਫੜਦੇ ਰਹੇ ਆਂਦੀ ਕੁੜੀ ਕੁੜੀ ਦੀ ਮਾਤਾ ਕੋਈ ਗਲਤ ਸਟੈਪ ਚੱਕਿਆ ਤੁਹਾਡੇ ਕਹਿਣ ਮੁਤਾਬਕ ਜੇ ਕੁੜੀ ਦਾ ਜਿਹੜਾ ਕਤਲ ਹੋਇਆ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਦਾ ਹੱਥ ਹੈ ਜੀ ਤੁਹਾਡੇ ਕਹਿਣ ਉਹਨਾਂ ਦੇ ਪਰਿਵਾਰ ਦਾ ਹੀ ਹੈ ਉਹਨਾਂ ਦੇ ਪਰਿਵਾਰ ਦਾ ਮਾਂ ਦਾ ਤੇ ਭਰਾ ਮਾਂ ਦਾ ਬਸ ਉਹ ਨਹੀਂ ਹੈ ਮੰਗ ਕਰਨੇ ਸਾਡੇ ਬੱਚਿਆਂ ਨੂੰ ਇਨਸਾਫ ਚਾਹੀਦਾ ਸਾਡੇ ਬੱਚੇ ਨਜਾਇਜ਼ ਨੇ ਕੱਲ ਨੂੰ ਹੋਰ ਵੀ ਫਸ ਸਕਦੇ ਕੱਲ ਨੂੰ ਹੋਰ ਵੀ ਹੋ ਸਕਦੇ ਕੱਲ ਨੂੰ ਹੋਰ ਵੀ ਫਸ ਸਕਦੇ ਸਾਡੇ ਬੱਚਿਆਂ ਦਾ ਇਨਸਾਫ ਚਾਹੀਦਾ ਗਵਰਨਮੈਂਟ ਤੋਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਫੋਨ ਵਗੈਰਾ ਫੜੇਗੇ ਪਹਿਲਾਂ ਨਹੀਂ ਇਸ ਤਰ੍ਹਾਂ ਦਾ ਕੁਝ ਪਤਾ ਲੱਗਿਆ ਪਹਿਲਾਂ ਉਹਨਾਂ ਦੀ ਗੱਲਬਾਤ ਕਿਸੇ ਮੁੰਡੇ ਨੂੰ ਪਤਾ ਹੋਵੇ ਵੇ ਇਹਨਾਂ ਦੀ ਗੱਲਬਾਤ ਉਹਨਾਂ ਦੀ ਪਾਜੀ ਮੇਰੀ ਗੱਲ ਸੁਣੋ ਆਪਾਂ ਨੂੰ ਪਹਿਲਾਂ ਦਾ ਤਾਂ ਨਹੀਂ ਪਤਾ ਉਸ ਦਿਨ ਚਲੋ ਲੜਾਈ ਹੋਈ ਕੁੜੀ ਦੇ ਭਰਾ ਕੋਲੇ ਦਾਤ ਸੀਗਾ ਠੀਕ ਹੈ ਇਹ ਮੁੰਡੇ ਨੇ ਛਡਾਇਆ ਵੀ ਤੂੰ ਮਾਰ ਨਾ ਦੇ ਕੈਮਰੇ ਦੇ ਵਿੱਚ ਆਨ ਰਿਕਾਰਡ ਹੈ ਕਲੀਅਰ ਨਹੀਂ ਹੈਗੀ ਚਲੋ ਪਰ ਲੜਾਈ ਤਾਂ ਦੇਖਦੀ ਹੈ ਨਾ ਉਸ ਨੂੰ 5 ਮਿੰਟ ਬਾਅਦ 10 ਮਿੰਟ ਬਾਅਦ ਕੁੜੀ ਨੂੰ ਲੈ ਗਏ ਸਾਡੀ ਕੁੜੀ ਦਾ ਤਾਂ ਜੀ ਰੇਪ ਹੋ ਗਿਆ ਐਂ ਤਾਂ ਕੱਲ ਨੂੰ ਭਰਾ ਅਸੀਂ ਵੀ ਆ ਸਾਡੇ ਤੇ ਵੀ ਹੋ ਸਕਦਾ ਤੁਸੀਂ ਕੁੜੀ ਦੇ ਘਰੇ ਗਏ ਹੋ ਤੁਸੀਂ ਪਿੰਡ ਦੇ ਕਿੰਨੇ ਬੰਦੇ ਮਿਲਿਆ ਤੁਹਾਨੂੰ ਉੱਥੇ ਪਰਿਵਾਰ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਕੋਈ ਤੀਜਾ ਬੰਦਾ ਹੋਊਗਾ ਇੱਥੇ ਵੀ ਤੁਸੀਂ ਆਏ ਹੋ ਆ ਸਾਡੇ ਭਰਾ ਦੇ ਮੈਡਲ ਨੇ ਉਹ ਮੁੰਡਾ ਕੁਸ਼ਤੀ ਕਰ ਰਿਹਾ ਕੁਸ਼ਤੀਆਂ ਕਰਦਾ ਠੀਕ ਹੈ ਦਿਹਾੜੀ ਕਰਕੇ ਬੰਦਾ ਬੀਏ ਕਰ ਰਿਹਾ ਉਹ ਮੁੰਡੇ ਦੇ ਕਾਲਜ ਚ ਜੇ ਜਾ ਕੇ ਤੁਸੀਂ ਰਿਕਾਰਡ ਪਤਾ ਕਰ ਸਕਦੇ ਹੋ ਕਾਲਜ ਵਾਲੇ ਮੁੰਡੇ 30 40 ਆਏ ਸੀ ਕਹਿੰਦੇ ਆਪਾਂ ਧਰਨਾ ਦਿੰਨੇ ਆ ਤੁਸੀਂ ਜਿੱਦਾਂ ਟਾਈਮ ਰੱਖਦੇ ਹੋ ਕਾਲਜ ਦੇ ਵਿੱਚ ਜਾਣਾ ਕਾਲਜ ਚ ਚਲੋ ਜਿਹੜੇ ਆਪਣੇ ਆ ਵੀਰ ਭਰਾ ਪੈਣਾ ਇਕੱਠੇ ਹੋਏ ਨੇ ਇਹਨਾਂ ਨੂੰ ਛੱਡ ਕੇ ਕਿਸੇ ਵੀ ਘਰੇ ਵੜਜੋ ਕੋਈ ਇੱਕ ਬੰਦਾ ਕਹਿੰਦਾ ਮੁੰਡਿਆਂ ਦੀ ਗਲਤੀ ਹੈ ਠੀਕ ਹੈ ਆ ਮੁੰਡੇ ਸਾਡੇ ਗ੍ਰਿੰਦਰ ਦੀ ਗਲਤੀ ਹੈ ਜਾਂ ਇੱਕ ਦੀ ਗੱਲਬਾਤ ਸੀ ਉਹਦਾ ਕੀ ਹੋਇਆ ਸਾਨੂੰ ਨਹੀਂ ਪਤਾ ਠੀਕ ਹੈ ਪਰ ਜਿਹੜਾ ਛੋਟਾ ਤੇ ਆ ਗ੍ਰਿੰਦਰ ਦੀ ਜੇ ਕੋਈ ਗਲਤੀ ਹੈ ਠੀਕ ਹੈ ਤਾਂ ਅਸੀਂ ਅਸੀਂ ਸਜ਼ਾ ਘਟਣ ਨੂੰ ਤਿਆਰ ਆ ਸਾਡੇ ਬੱਚੇ ਛੁੱਟਣੇ ਚਾਹੀਦੇ ਠੀਕ ਹੈ ਜੀ ਮਾਤਾ ਜੀ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸੱਚਖੰਡ ਗਏ ਸੀ ਵੈਸੇ ਐ ਤੇ ਨਜਾਇਜ਼ ਹਾਂਜੀ ਸਾਡੇ ਅਮਰ ਤੋਂ ਪਹਿਲੇ ਵਾਕਿਆਂ ਦੇ ਨਾਲ ਧੱਕਾ ਹੋਇਆ ਤੁਹਾਨੂੰ ਲੱਗਦਾ ਹੈ ਹਾਂਜੀ ਜ਼ਰੂਰੀ ਮੁੰਡਿਆਂ ਦੇ ਨਾਲ ਹੀ ਹੋਇਆ ਇਹ ਤੇ ਸਾਰੇ ਸੰਗਤ ਕੈਂਡ ਤਿਆਰ ਜਿਹੜੀ ਹੈ ਤੁਸੀਂ ਕਿੰਨੀ ਕਿੰਨੀ ਉਮਰ ਸੀ ਮੁੰਡੇ ਦੀ ਹਾਂਜੀ 17ਵੇਂ 18ਵੇਂ ਸਾਲ ਚ ਲੱਗਣ ਵਾਲਾ 19ਵੇਂ ਸਾਲ ਚ ਸਾਡਾ ਇੱਕ ਬੱਚਾ ਹੈ ਕਿਹੜੀ ਕਲਾਸ ਚ ਪੜਦਾ ਸੀ ਹਾਂਜੀ 9ਵੀਂ ਕਲਾਸ ਚ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਜਾਂ ਤੁਸੀਂ ਮੁੰਡੇ ਨੂੰ ਕੋਈ ਮਤਲਬ ਫੋਨ ਦਾ ਫੋਨ ਉਹਦੇ ਕੋਲੋਂ ਦਾ ਆਵੇ ਜਾਂ ਫੋਨ ਕਿਸੇ ਕੁੜੀ ਨੂੰ ਕਰਦਾ ਜਾਂ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋਇਆ ਕੁਝ ਨਹੀਂ ਸੀਗਾ ਸਰ ਕੁਝ ਵੀ ਨਹੀਂ ਸੀਗਾ ਇੱਕ ਦਿਨ ਹੀ ਉਸੇ ਦਿਨ ਹੀ ਕੋਲ ਆਈ ਆ ਪਤਾ ਨਹੀਂ ਪਹਿਲੇ ਵੀ ਮੁੰਡਾ ਕਰਦਾ ਵੀ ਹੋਵੇ ਸਾਡੇ ਤੋਂ ਚੋਰੀ ਪਤਾ ਕਰਦਾ ਹੋਵੇਗਾ ਹੈਗੀ ਸੀਗੀ ਸਾਡੇ ਮੋੜੇ ਦੀ ਗੱਲ ਅਸੀਂ ਉਹ ਝੂਠ ਨਹੀਂ ਬੋਲਦੇ ਹੈਗੇ ਦੋਵੇਂ ਦੋਵੇਂ ਮੁੰਡੇ ਸਾਡੇ ਨਜਾਇਜ਼ ਪਸਾ ਦਿੱਤੇ ਇਹਨਾਂ ਨੇ ਅੱਛਾ ਜੀ ਹਾਂਜੀ ਤੇ ਹੁਣ ਫਿਰ ਕੀ ਹੋਣਾ ਚਾਹੀਦਾ ਤੁਹਾਡੇ ਮੁਤਾਬਕ ਜੀ ਹਾਂਜੀ ਸਾਡੇ ਵੀ ਹੱਲਪ ਕਰੋ ਤੁਸੀਂ ਥੋੜੀ ਜੀ ਸਾਡੇ ਇਨਸਾਫ ਚਾਹੀਦਾ ਬੱਚਿਆਂ ਨੂੰ ਅਸੀਂ ਗਰੀਬ ਬੰਦਿਆਂ ਦਿਹਾੜੀ ਜੋਤੇ ਵਾਲੇ ਬੰਦੇ ਆ ਹਾਂਜੀ ਸੋਏ ਸਤਾਪੁਰ ਪਿੰਡ ਦੇ ਵਾਸੀ ਸੀ ਸਤਾਵਗੜ ਸਤਾਵਗੜ ਪਿੰਡ ਦੇ ਵਾਸੀ ਸੀ ਗੱਲਬਾਤ ਕੀਤੀ ਹੈ ਇੱਕ ਪਾਸੇ ਕੁੜੀ ਵਾਲਿਆਂ ਦਾ ਪਰਿਵਾਰ ਆ ਇੱਕ ਪਾਸੇ ਆ ਮੁੰਡੇ ਜਿਨ੍ਹਾਂ ਨੂੰ ਅੰਦਰ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਮਗਰ ਪਿੰਡ ਵਾਲੇ ਸਪੋਰਟ ਕਰ ਰਹੇ ਆ ਇੱਕ ਪਾਸੇ ਕਾਨੂੰਨ ਕਹਿ ਰਿਹਾ ਕਾਨੂੰਨ ਜਿਹੜਾ ਆ ਜਿਸ ਜਿਸ ਕਾਨੂੰਨ ਨੇ ਚੱਕ ਕੇ ਮੁੰਡੇ ਅੰਦਰ ਡੱਕੇ ਹੋਏ ਆ ਜੇਲ੍ਹ ਦੇ ਵਿੱਚ ਭੇਜੇ ਹੋਏ ਆ ਉਹ ਜਿਹੜਾ ਮੁੰਡਿਆਂ ਦੀ ਗਲਤੀ ਕਰ ਰਿਹਾ ਦੂਸਰੇ ਪਾਸੇ ਜਿਨ੍ਹਾਂ ਵਿੱਚ ਮੁੰਡੇ ਰਹਿ ਰਹੇ ਆ ਉਹ ਜਿਹੜੇ ਆ ਮੁੰਡਿਆਂ ਦੀ ਸਪੋਰਟ ਕਰ ਰਹੇ ਆ ਸੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਆ ਅਸਲ ਸੱਚ ਜਿਹੜਾ ਆ ਉਹ ਕਿਹੜਾ ਸਾਹਮਣੇ ਆਂਦਾ ਆ ਸੋ ਕੈਮਰਾਮੈਨ ਉਪਨੀਤ ਦੇ ਨਾਲ ਅਮਨਦੀਪ